ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਇਸੇ ਨੂੰ ਲੈ ਕੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਹੁਣ ਬਠਿੰਡਾ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉਹ ਬਠਿੰਡਾ ਤੋਂ ਹੀ ਲੋਕ ਸਭਾ ਦੇ ਉਮੀਦਵਾਰ ਇੱਕ ਵਾਰ ਫਿਰ ਤੋਂ ਹੋਣਗੇ। ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਵੱਲੋਂ ਇੱਕ ਰੈਲੀ ਬਠਿੰਡੇ ਦੇ ਵਿੱਚ ਰੱਖੀ ਗਈ ਸੀ, ਜਿੱਥੇ ਪਹੁੰਚੇ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਨੇ ਬੜੇ ਜੋਸ਼ੀਲੇ ਤਰੀਕੇ ਦੇ ਨਾਲ ਉੱਥੇ ਭਾਸ਼ਣ ਦਿੱਤਾ ਅਤੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਬਹੁਤ ਵਧੀਆ ਪ੍ਰਦਰਸ਼ਨ ਕਰਨਗੇ, ਨਾਲ ਹੀ ਉਹ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਣੋਂ ਨਹੀਂ ਖੁੰਝੇ। ਮੇਰੇ ਇਲਾਕੇ ਦੇ ਕੋਨੇ ਕੋਨੇ ਤੋਂ ਪਹੁੰਚੇ ਇੱਥੇ ਮੇਰੇ ਨੌਜਵਾਨ ਵੀਰ, ਗੱਜ ਕੇ ਫਤਿਹ ਬੁਲੰਦ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜੇ ਮਜ਼ਾ ਨਹੀਂ ਆਇਆ, ਜਿੰਨਾ ਜੋਸ਼ ਹੈਗਾ ਉਸ ਤੋਂ ਚਾਰ ਗੁਣਾ ਹੋਰ ਕੱਢ ਕੇ ਦੋ ਗੁਰੂ ਦੀ ਫਤਿਹ ਵਾਸਤੇ, ਵਾਹਿਗੁਰੂ ਜੀ ਕਾ ਖਾਲਸਾ। ਪਤਾ ਲੱਗਿਆ ਕਿੰਨਾ ਕਰੰਟ ਹੈ ਤੁਹਾਡੇ ਵਿੱਚ। ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਨੂੰ, ਤੁਹਾਡੇ ਪ੍ਰਧਾਨਾਂ ਨੂੰ ਮੈਂ ਵਧਾਈ ਦਿੰਦੀ ਹਾਂ ਕਿ ਅੱਜ ਤਾਂ ਤੁਸੀਂ ਬਠਿੰਡਾ ਹਲਕੇ 'ਚ, ਬਠਿੰਡਾ ਸ਼ਹਿਰ 'ਚ ਹਨੇਰੀ ਲਿਆ। ਜਿਹੋ ਜਿਹੇ ਬੱਸਾਂ ਦੇ ਜੈਮ ਲੱਗੇ ਹੋਏ ਸੀ, ਮੈਂ ਤਾਂ ਅਕਸਰ ਕਦੇ ਵਿਸਾਖੀ ਦੇ ਮੇਲੇ ਵਿੱਚ ਵੀ ਜਾਂਦੀ ਹਾਂ, ਮਾਘੀ ਦੇ ਮੇਲੇ ਵਿੱਚ ਵੀ ਜਾਣ ਦਾ ਮੌਕਾ ਮਿਲਿਆ, ਅਤੇ ਕਈ ਸਾਰੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਰੈਲੀਆਂ ਵਿੱਚ ਜਾਣ ਦਾ ਮੌਕਾ ਮਿਲਿਆ। ਲੇਕਿਨ ਜਿਹੋ ਜਿਹੇ ਜੈਮ ਤੁਸੀਂ ਲਾਤੇ ਅਤੇ ਜਿਹੋ ਜਿਹਾ ਕੱਟ ਤੁਸੀਂ ਕਰਤਾ, ਅਤੇ ਕਮਾਲ ਹੈ, ਕੱਟ ਕੇ ਜਕਾਰਾ ਜੋਸ਼ ਦੇ ਨਾਲ। ਮੈਨੂੰ ਲੱਗਦਾ ਅੱਜ ਤਾਂ ਬਠਿੰਡਾ ਸ਼ਹਿਰ ਹੀ ਹਿੱਲ ਜੂਗਾ, ਕਮਾਲ ਕਰਤਾ, ਕਿਤੇ ਮੈਰਿਜ ਪੈਲੇਸ ਨਾ ਡਿੱਗ ਪਏ। ਸੋ ਸ਼ਾਬਾਸ਼ ਹੈ, ਜਿਹੋ ਜਿਹਾ ਤੁਸੀਂ ਕੱਟ ਕੀਤਾ ਹੈ, ਜਿਹੋ ਜਿਹਾ ਤੁਸੀਂ ਇੱਥੇ ਕੱਟ ਕੀਤਾ ਹੈ, ਠਾਠਾ ਮਾਰਦਾ ਕੱਟ। ਮੈਂ ਤਾਂ ਸੋਚਿਆ ਪ੍ਰਧਾਨ ਮੰਤਰੀ ਅੱਜ ਆਉਂਦੇ ਤਾਂ ਉਹ ਵੀ ਦੇਖ ਕੇ ਹੈਰਾਨ ਰਹਿ ਜਾਂਦੇ ਕਿ ਇੰਨਾ ਵੱਡਾ ਜੇ ਇਕੱਲੇ ਨੌਜਵਾਨਾਂ ਦਾ ਕੱਟ ਹੈ ਤੇ ਫਿਰ ਕਮਾਲ ਹੈ, ਪਾਰਟੀ ਦਾ ਜੇ ਕੱਟ ਆਪਾਂ ਕਰ ਦਿੰਦੇ ਤਾਂ ਫਿਰ ਕਮਾਲ ਹੀ ਕਮਾਲ ਹੋ ਜਾਂਦੀ। ਬਹੁਤ ਬਹੁਤ ਵਧਾਈਆਂ, ਲੱਖ ਲੱਖ ਵਧਾਈਆਂ। ਅੱਜ ਤਾਂ ਐਸੋ ਆਏ ਨੇ ਯੂਥ ਅਕਾਲੀ ਦਲ ਨੂੰ ਵੀ ਫੇਲ ਕਰਤਾ। ਅੱਜ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਜੋਸ਼ ਤੇ ਨੌਜਵਾਨ ਜਿਹੜੇ ਇੱਥੇ ਨੇ, ਇਹ ਸਾਡੇ ਦੇਸ਼ ਦੀ ਰੀੜ ਦੀ ਹੱਡੀ ਨਹੀਂ, ਸਾਡੇ ਸੂਬੇ ਦੇ, ਸਾਡੇ ਇਲਾਕੇ ਦੇ ਤੇ ਪੂਰੇ ਆਉਣ ਵਾਲੀ ਪੀੜ੍ਹੀ ਦੇ, ਆਉਣ ਵਾਲੇ ਸਮੇਂ ਦੀ ਰੀੜ ਦੀ ਹੱਡੀ ਇੱਥੇ ਖੜੀ ਹੈ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੀ ਸਰਕਾਰਾਂ ਜਿਹੜੀ ਬਣਨਗੀਆਂ ਉਹ ਤੁਹਾਡੀ ਮਰਜ਼ੀ ਦੇ ਨਾਲ ਬਣਨਗੀਆਂ। ਜਿਹੜੀ ਸਰਕਾਰਾਂ ਨੇ ਆਉਣ ਵਾਲੇ ਸਮੇਂ 'ਚ ਜਿਹੜੀ ਪਾਲਿਸੀਆਂ ਬਣਾਉਣੀਆਂ ਨੇ ਉਹ ਤੁਹਾਨੂੰ ਮੁੱਖ ਰੱਖ ਕੇ ਬਣਾਈਆਂ ਜਾਣਗੀਆਂ, ਤੇ ਮੈਨੂੰ ਪੂਰਾ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਇਲਾਕੇ ਦੀ ਤੇ ਸੂਬੇ ਦੀ ਲੀਡਰਸ਼ਿਪ ਬਣੂਗੀ ਉਹ ਵੀ ਤੁਹਾਡੇ ਵਿੱਚੋਂ ਹੀ ਨਿਕਲ ਕੇ ਆਊਗੀ। ਇਹੋ ਜਿਹਾ ਭਰੋਸਾ ਤੇ ਇਹੋ ਜਿਹਾ ਮਾਣ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਰੱਖਦੀ ਹਾਂ। ਅਸੀਂ ਸਾਰੇ ਉਸ ਦਿਨ ਨੂੰ ਯਾਦ ਕਰਦੇ ਹਾਂ ਜਿਵੇਂ ਮੇਰੇ ਬਚਪਨ 'ਚ ਬੱਚਿਆਂ ਦੀ ਕੋਈ ਕਦਰ ਹੀ ਨਹੀਂ ਹੁੰਦੀ ਸੀ, ਜਿਹੜੇ ਵੱਡਿਆਂ ਨੇ ਕਹਿਤਾ ਬਸ ਉਹੀ ਹੁਕਮ ਚੱਲਦਾ ਸੀ, ਸਾਨੂੰ ਸਾਡੇ ਵਰਗਿਆਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਸੀ। ਲੇਕਿਨ ਅੱਜ ਤੁਸੀਂ ਇਹੋ ਜਿਹੇ ਸਾਰੇ ਸਿਸਟਮ ਨੂੰ ਬਦਲਾਅ ਲਾਤਾ, ਅੱਜ ਘਰ ਦੇ ਵੱਡੇ ਕੋਈ ਫੈਸਲਾ ਵੀ ਕਰਨ ਤੇ ਬੱਚਿਆਂ ਦੀ ਰਜ਼ਾ ਲੈ ਕੇ ਹੁੰਦੀ ਹੈ, ਬੱਚਿਆਂ ਦੀ ਮਰਜ਼ੀ ਲੈ ਕੇ ਹੁੰਦੀ ਹੈ। ਤੇ ਮੈਂ ਤਾਂ ਆਹ ਵੀ ਕਹਿ ਸਕਦੀ ਹਾਂ ਕਿ 2017 ਵਿੱਚ ਜਿਹੜੀ ਚੋਣਾਂ ਸੀਗੀਆਂ, ਜਿਹੜੀ ਸਰਕਾਰਾਂ ਬਣੀਆਂ ਉਹਨਾਂ ਦੇ ਵਿੱਚ ਵੀ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਬਹੁਤ ਵੱਡੀ ਮਰਜ਼ੀ ਤੇ ਰਜ਼ਾ ਤੇ ਉਹਨਾਂ ਦੇ ਹੁਕਮ ਦੇ ਨਾਲ ਬਣੀ।
ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਹੁੰਦਾ ਹੈ ਕਿ ਭਾਵੇਂ ਲੋਕਾਂ ਨੇ ਸਾਨੂੰ 10 ਸਾਲ ਸੂਬੇ ਦੀ ਸੇਵਾ ਦਿੱਤੀ, ਲੇਕਿਨ 10-12 ਸਾਲ ਪਹਿਲੇ ਤੁਹਾਡੀ ਉਮਰ ਬੜੀ ਛੋਟੀ ਸੀ, ਸ਼ਾਇਦ ਸਿਆਸਤ ਦੇ ਵੱਲ ਤੁਹਾਡਾ ਧਿਆਨ ਨਹੀਂ ਸੀਗਾ, ਜਿਹਦੇ ਕਰਕੇ ਆ ਦੋਨਾਂ ਪਾਰਟੀਆਂ ਨੇ ਝੂਠੇ ਨਾਰੇ ਲੱਪੇ ਲਾ ਕੇ ਤੁਹਾਨੂੰ ਗੁੰਮਰਾਹ ਕਰਕੇ, ਝੂਠੇ ਵਾਅਦੇ ਕਰਕੇ ਤੁਹਾਡਾ ਭਰੋਸਾ ਜਦ ਉਹਨਾਂ ਨੇ ਲੈ ਕੇ ਆਪਣੀ ਸਰਕਾਰਾਂ ਬਣਾ ਲਿੱਤੀਆਂ, ਤੇ ਜਿਹੋ ਜਿਹਾ ਧੋਖਾ ਤੁਹਾਡੇ ਨਾਲ ਕੀਤਾ ਹੈ, ਮੈਨੂੰ ਪੂਰਾ ਮਾਣ ਹੈ ਕਿ ਸੂਬੇ ਦੇ ਨੌਜਵਾਨ ਹੋਣ ਜਾਂ ਦੇਸ਼ ਦੇ ਨੌਜਵਾਨ ਹੋਣ, ਇਹਨਾਂ ਨੂੰ ਤੁਸੀਂ ਇੱਕ ਅੱਧੀ ਵਾਰੀ ਧੋਖਾ ਜ਼ਰੂਰ ਦੇ ਸਕਦੇ ਹੋ, ਲੇਕਿਨ ਜਿਹੋ ਜਿਹੀ ਤਾਕਤ ਤੇ ਸ਼ਕਤੀ ਦੇ ਨਾਲ ਅੱਜ ਤੁਹਾਡੇ ਨਾਲ ਸਿੱਖਿਆ ਵੀ ਹੈਗੀ, ਸੋਚ ਵੀ ਹੈਗਾ, ਦ੍ਰਿੜ ਇਰਾਦਾ ਵੀ ਹੈਗਾ, ਫਿਰ ਸਾਡੇ ਵਰਗੇ ਭਾਵੇਂ ਕਿੰਨੀ ਉਚਾਈਆਂ 'ਚ ਜਾਣ, ਤੁਹਾਨੂੰ ਸਾਨੂੰ ਲਾਉਣ ਵਾਸਤੇ ਇੱਕ ਸੈਕਿੰਡ ਦਾ ਕੰਮ ਹੈ, ਚੜ੍ਹਾਉਂਦੇ ਵੀ ਤੁਸੀਂ ਹੋ ਤੇ ਲਾਉਣ ਵਾਲੇ ਤਾਕਤ ਵੀ ਤੁਸੀਂ ਰੱਖਦੇ ਹੋ, ਤੇ ਮੈਂ ਉਮੀਦ ਕਰਦੀ ਹਾਂ ਕਿ ਜਿਹੜੀ ਸਰਕਾਰਾਂ ਨੇ ਝੂਠ ਮਾਰ ਕੇ ਧੋਖਾ ਦੇ ਕੇ ਸਾਡੇ ਗਰੀਬਾਂ ਨੂੰ, ਸਾਡੇ ਕਿਸਾਨਾਂ ਨੂੰ, ਸਾਡੇ ਨੌਜਵਾਨਾਂ ਨੂੰ, ਸਾਡੇ ਸੂਬੇ ਦੀ ਤਰੱਕੀ ਨੂੰ ਰੋਕਣ ਦਾ ਕੰਮ ਕੀਤਾ ਹੈ, ਤੇ ਅੱਜ ਤਾਕਤ ਤੇ ਸ਼ਕਤੀ ਦਾ ਵਰਤਾਵ ਕਰ ਰਹੇ ਨੇ ਤੁਹਾਡੇ ਨਾਲ ਧੱਕਾ ਕਰਨ ਵਾਸਤੇ, ਨਾ ਕਿ ਸੂਬੇ ਦੇ ਵਿਕਾਸ ਤੇ ਸੂਬੇ ਦੀ ਜਨਤਾ ਨੂੰ ਆਪਣੇ ਪੈਰਾਂ 'ਚ ਖੜਾ ਕਰਕੇ ਹੋਰ ਅੱਗੇ ਵਧਣ ਦੇ ਮੌਕੇ ਦੇਣ ਵਾਸਤੇ। ਜਦ ਮੌਕਾ ਆਊਗਾ ਤੁਸੀਂ ਇਹਦੇ ਝੂਠੇ ਲੋਕਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਜਿੱਥੇ ਬਿਠਾਇਆ ਉੱਥੇ ਲਾਉਣ ਦਾ ਕੰਮ ਵੀ ਤੁਸੀਂ ਜ਼ਰੂਰ ਕਰੋਗੇ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦ ਤੁਸੀਂ ਸੁਖਬੀਰ ਜੀ ਨੂੰ ਮੌਕਾ ਦਿੱਤਾ, ਭਾਵੇਂ ਸਾਰੇ ਸੂਬੇ ਵਿੱਚ ਸਟੇਡੀਅਮ ਬਣਾਏ, ਪਿੰਡ ਪਿੰਡ ਵਿੱਚ ਜਿਮ ਬਣਾਏ, ਕਿੱਟ ਦਿੱਤੇ, ਕਬੱਡੀ ਵਰਗੀ ਚੀਜ਼ਾਂ ਨੂੰ ਉਹਨਾਂ ਨੇ ਵਾਅਦਾ ਦਿੱਤਾ ਤਾਂ ਕਿ ਸਾਡੇ ਨੌਜਵਾਨ ਖੇਡਾਂ ਦੇ ਨਾਲ ਜੁੜ ਸਕਣ, ਨਸ਼ਾ ਦੇ ਖਿਲਾਫ ਅਸੀਂ ਲੜਾਈ ਲੜੀ। ਅੱਜ ਮੈਂ ਆਹ ਵੀ ਕਹਿ ਸਕਦੀ ਹਾਂ ਕਿ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਨੌਜਵਾਨਾਂ ਨੂੰ ਰਿਪ੍ਰੈਜੈਂਟੇਸ਼ਨ ਆਪਣੀ ਪਾਰਟੀ ਵਿੱਚ ਦਿੱਤੀ ਹੈ, ਉਹਦੇ ਬਰਾਬਰੀ ਕੋਈ ਦੂਜੀ ਪਾਰਟੀ ਕਰ ਨਹੀਂ ਸਕਦੀ। ਮੈਂ ਗਵਾਹ ਹਾਂ ਇਸ ਗੱਲ ਦਾ ਕਿ ਕਈ ਸਾਲ ਪਹਿਲੇ, ਸ਼ਾਇਦ 20-22 ਸਾਲ ਹੋ ਗਏ, ਜਦ ਸੁਖਬੀਰ ਜੀ ਫਰੀਦਕੋਟ ਤੋਂ ਇਲੈਕਸ਼ਨ ਲੜਦੇ ਸੀ, ਅੱਜ ਜਿਹੜੇ ਯੂਥ ਦੀ ਅਗਵਾਈ ਕਰਦੇ ਨੇ ਉਹ ਤੁਹਾਡੀ ਤਰ੍ਹਾਂ ਸਾਹਮਣੇ ਸਾਡਾ ਇਕੱਠ ਕਰਿਆ ਕਰਦੇ ਸੀ, ਹੌਲੀ ਹੌਲੀ ਮੈਂ ਦੇਖਿਆ ਉਹ ਸਾਡੇ ਨਾਲ ਨਾਰੇ ਮਾਰ ਕੇ ਝੰਡੇ ਚੱਕੀ ਅੱਗੇ ਅੱਗੇ ਤੁਰਨ ਲੱਗ ਗਏ। ਉਹਦੇ ਬਾਅਦ ਮੈਂ ਦੇਖਿਆ ਉਹ ਥਰਡ ਲੈਵਲ ਦੀ ਲੀਡਰਸ਼ਿਪ ਉਹਨਾਂ ਦੇ ਵਿੱਚੋਂ ਪੈਦਾ ਹੋਣ ਲੱਗੀ, ਉਹਦੇ ਬਾਅਦ ਸੈਕੰਡ ਰੰਗ ਦੀ ਲੀਡਰਸ਼ਿਪ, ਤੇ ਅੱਜ ਮਾਨ ਨਾਲ ਕਹਿ ਸਕਦੀ ਹਾਂ ਅੱਜ ਉਹ ਸਟੇਜਾਂ 'ਚ ਖੜ ਕੇ ਲੀਡਰੀ ਕਈ ਨਹੀਂ ਕਈ ਉਹਨਾਂ ਦੇ ਵਿੱਚੋਂ MLA ਦੀ ਇਲੈਕਸ਼ਨ ਵੀ ਲੜ ਰਹੇ ਨੇ। ਇਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ, ਸਰ ਸੁਖਬੀਰ ਸਿੰਘ ਬਾਦਲ ਦੀ ਦੇਣ, ਜਿਨ੍ਹਾਂ ਨੇ ਨੌਜਵਾਨਾਂ ਨੂੰ ਪੂਰੇ ਮੌਕੇ ਦਿੱਤੇ ਕਿ ਉਹ ਵੀ ਅੱਗੇ ਵੱਧ ਸਕਣ। ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਘਰ ਘਰ ਨੌਕਰੀਆਂ ਦੇਣ ਦੇ ਝੂਠੇ ਲਾਰੇ ਜਿਨ੍ਹਾਂ ਨੇ ਲਾਏ ਤੇ ਇੱਕ ਵੀ ਨੌਕਰੀ ਨਹੀਂ ਦਿੱਤੀ। ਸਭ ਤੋਂ ਵੱਧ ਸੂਬੇ ਵਿੱਚ ਜੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਨੇ, ਜੇ ਸਰਕਾਰੀ ਭਰਤੀਆਂ ਕੀਤੀਆਂ ਨੇ, ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਕਿ ਭਾਵੇਂ ਅਸੀਂ ਪੁਲਿਸ ਦੀ ਨੌਕਰੀਆਂ ਵਿੱਚ ਦੇਖੀਏ, ਪਹਿਲੀ ਵਾਰੀ ਬੇਟੀਆਂ ਨੂੰ ਵੀ ਪੁਲਿਸ ਦੇ ਵਿੱਚ ਭਰਤੀ ਜੇ ਦਿੱਤੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਸੀਗਾ। ਸੋ ਮੈਂ ਤੁਹਾਨੂੰ ਮਾਣ ਦੇ ਨਾਲ ਕਹਿ ਸਕਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜੇ ਤੁਹਾਡਾ ਵਿਸ਼ਵਾਸ ਸਾਡੇ ਨਾਲ ਹੋਏ, ਜੇ ਤੁਹਾਡਾ ਆਸ਼ੀਰਵਾਦ ਸਾਡੇ ਨਾਲ ਹੋਏ, ਜੇ ਤੁਹਾਡਾ ਸਾਥ ਹੋਏ, ਤੁਸੀਂ ਸਾਡੇ ਨਾਲ ਤੁਰੋ, ਫਿਰ ਤੁਹਾਡੀ ਇੱਕ ਇੱਕ ਉਮੀਦ ਨੂੰ, ਇੱਕ ਇੱਕ ਤੁਹਾਡੀ ਮਨੋਕਾਮਨਾ ਨੂੰ ਪੂਰਾ ਕਰਨ ਵਾਸਤੇ ਜਿਹੋ ਜਿਹਾ ਹਮਲਾ ਸ਼੍ਰੋਮਣੀ ਅਕਾਲੀ ਦਲ ਮਾਰੋਗੇ, ਉਹ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕੋਈ ਬਰਾਬਰੀ ਨਹੀਂ ਕਰ ਸਕਦਾ। ਜਿਵੇਂ ਅੱਜ ਦੇਸ਼ ਵਿੱਚ ਇੱਕ ਮਜ਼ਬੂਤ ਤੇ ਕਾਬਿਲ ਸਰਕਾਰ ਹੈਗੀ, ਜਿਹਦੀ ਅਗਵਾਈ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਕਰ ਰਿਹਾ ਹੈ, ਤੇ ਤੁਸੀਂ ਦੇਖਿਆ 40 ਸਾਲਾਂ ਬਾਅਦ ਜਦ ਦੁਸ਼ਮਣ ਦੇਸ਼ ਨੇ ਇਹੋ ਜਿਹਾ ਹਮਲਾ ਸਾਡੇ
ਨੌਜਵਾਨਾਂ ਦੇ ਉੱਤੇ, ਸਾਡੇ ਜਵਾਨਾਂ ਦੇ ਉੱਤੇ ਕੀਤਾ, ਮੂੰਹ ਤੋੜ ਇਹੋ ਜਿਹਾ ਜਵਾਬ ਦਿੱਤਾ, ਕਿਉਂਕਿ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੀ। ਆਪਣੀ ਦੇਸ਼ ਦੀ ਰੱਖਿਆ ਕਰਨ ਵਾਸਤੇ ਸਰਕਾਰ ਵੀ ਕਾਇਮ ਸੀਗੀ, ਪ੍ਰਧਾਨ ਮੰਤਰੀ ਵੀ ਕਾਇਮ ਸੀਗੇ, ਤੇ ਸਾਡੀ ਫੌਜਾਂ ਵੀ ਕਾਇਮ ਸੀਗੀਆਂ, ਤੇ ਇਹੋ ਜਿਹਾ ਜਵਾਬ ਦਿੱਤਾ ਕਿ ਅੱਜ ਉਹਨਾਂ ਨੂੰ ਲੁਕਾਉਣ ਦੀ ਕੋਈ ਜਗ੍ਹਾ ਨਹੀਂ। ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਨਿਸ਼ਾਨਾ ਮਾਰਿਆ, ਆਤੰਕਵਾਦੀਆਂ ਦੇ ਉੱਤੇ ਹਮਲਾ ਕੀਤਾ, ਤੇ ਪਾਕਿਸਤਾਨ ਵਰਗਾ ਦੁਸ਼ਮਣ ਦੇਸ਼ ਹਿੰਦੁਸਤਾਨ 'ਚ ਹਮਲਾ ਕਰ ਰਿਹਾ ਆਤੰਕਵਾਦੀਆਂ ਨੂੰ ਬਚਾਉਣ ਵਾਸਤੇ। ਇਹ ਹਕੀਕਤ ਹੈਗੀ, ਤੇ ਹਕੀਕਤ ਆ ਵੀ ਹੈਗੀ ਕਿ ਸਾਡੇ ਸੂਬੇ ਦੇ ਕਈ ਇਹੋ ਜਿਹੇ ਲੀਡਰ ਨੇ ਜਿਹੜੇ ਹਿੰਦੁਸਤਾਨ ਦੇ ਲੋਕਾਂ ਦੀ ਭਾਸ਼ਾ ਨਹੀਂ ਲੇਕਿਨ ਦੁਸ਼ਮਣ ਦੇਸ਼ ਦੇ ਭਾਸ਼ਾ ਬੋਲਦੇ ਨੇ। ਅੱਜ ਮੈਂ ਆਸ ਕਰਦੀ ਹਾਂ ਕਿ ਅਸੀਂ ਇਕੱਠੇ ਹੋ ਕੇ ਇਹੋ ਜਿਹੀ ਮਜ਼ਬੂਤ ਸਰਕਾਰ ਜਿਵੇਂ ਦਿੱਲੀ ਵਿੱਚ ਹੈ, ਆਉਣ ਵਾਲੇ ਸਮੇਂ ਵਿੱਚ ਪੰਜਾਬ ਤੇ ਹਿੰਦੁਸਤਾਨ ਵਿੱਚ ਇੱਕੋ ਸਰਕਾਰਾਂ ਹੋਣ, ਦਾਅਵੇ ਨਾਲ ਕਹਿ ਸਕਦੀ ਹਾਂ ਕਿ ਅਜੇ ਤਾਂ ਤੁਸੀਂ ਟ੍ਰੇਲਰ ਹੀ ਦੇਖਿਆ ਸੀ ਜਿਹੋ ਜਿਹੇ ਵਿਕਾਸ ਦੇ ਕੰਮ ਆਪਾਂ ਕੀਤੇ। ਇਹਨਾਂ ਦੇ ਲਾਰਾ ਲੱਪੇ ਗੱਲਾਂ ਦੇ ਨਾਲ ਜਿਹੜਾ ਸਾਰਾ ਕੰਮ ਠੱਪ ਹੋ ਗਿਆ, ਜਿੱਥੇ ਤਾਈਂ ਪਹੁੰਚੇ ਸੀ 3 ਸਾਲਾਂ 'ਚ, ਹੋਰ ਪਤਾ ਨਹੀਂ ਹੋਰ ਕਿੰਨਾ ਥੱਲੇ ਇਹਨਾਂ ਨੇ ਲਾ ਦੇਣਾ ਹੈ। ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਦੋਨੋਂ ਪਾਸੇ ਸਾਡੇ ਨੌਜਵਾਨ ਪੀੜ੍ਹੀ ਜਦੋਂ ਆਪਣੀ ਸਰਕਾਰ ਬਣਾਉਣਗੇ ਫਿਰ ਦੇਸ਼ ਦੀ ਤਰੱਕੀ ਤਾਂ ਹੋਊਗੀ, ਲੇਕਿਨ ਸੂਬੇ ਦੀ, ਇਲਾਕੇ ਦੀ, ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਤਰੱਕੀ ਵਾਸਤੇ ਵੱਧ ਤੋਂ ਵੱਧ ਹਮਲਾ ਮਾਰ ਕੇ ਤੁਹਾਡੀ ਇੱਕ ਇੱਕ ਉਮੀਦ ਨੂੰ, ਤੁਹਾਡੀ ਇੱਕ ਇੱਕ ਆਸ਼ਾ ਨੂੰ ਪੂਰਾ ਕਰਨ ਵਾਸਤੇ ਪੂਰਾ ਪੂਰਾ ਯੋਗਦਾਨ ਪਾਵਾਂਗੇ। ਮੈਂ ਅਖੀਰ 'ਚ ਇੱਕ ਵਾਰ ਫਿਰ ਹੱਥ ਬੰਨ ਕੇ, ਇੰਨਾ ਵੱਡਾ ਕੱਟ ਜਿੰਨਾ ਇੱਥੇ ਓਨਾ ਹੀ ਮੈਂ ਬਾਹਰ ਸੜਕਾਂ 'ਚ ਮੈਂ ਦੇਖ ਕੇ ਆਈ ਹਾਂ, ਤੇ ਮੈਂ ਵਿਸ਼ਵਾਸ ਦਿਲਾ ਸਕਦੀ ਹਾਂ ਕਿ ਜਦ ਇਹੋ ਜਿਹਾ ਹੁੰਗਾਰਾ ਹੋਏ, ਜਦ ਇਹੋ ਜਿਹਾ ਜੋਸ਼ ਤੁਹਾਡੇ ਵਿੱਚ ਹੋਏ, ਫਿਰ ਮੈਂ ਤਾਂ ਕਹਿੰਦੀ ਹਾਂ ਕਾਂਗਰਸੀਆ ਦੇਖ ਕੇ ਤੁਸੀਂ ਡਰੋ ਕਿ ਆਉਣ ਵਾਲੇ 2019 ਦੀ ਚੋਣਾਂ ਵਿੱਚ ਤੁਹਾਡਾ ਕੀ ਹਸ਼ੂ ਹੋਊਗਾ। ਉਹ ਝਾੜੂ ਵਾਲੇ ਝੂਠ ਮਾਰ ਕੇ ਜਿਹੜਾ ਇਹਨਾਂ ਦੀ ਉਮੀਦਾਂ 'ਚ ਝਾੜੂ ਮਾਰਿਆ, ਬਚ ਕੇ ਰਹੋ ਨਾ ਰਹੂਗਾ ਪੰਜਾ, ਨਾ ਰਹੂਗਾ ਝਾੜੂ, ਕਰੇ ਗੁਰੂ ਦੀ ਤਕੜੀ ਤਕੜੀ ਕਰ ਦੇਣੀ ਇਸ ਨੌਜਵਾਨ ਪੀੜ੍ਹੀ ਨੇ। ਤੁਸੀਂ ਹਿਲਾ ਦੇਣਾ ਹੈਗਾ, ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਦੇ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।